ਇੱਕੋ ਇੱਕ ਮਿਨਿਸਟਰ ਆ ਜਿਹੜਾ ਮੈਂ ਪੰਜਾਬ ਚੋਂ ਜਿਹੜਾ ਉਹ ਬਣਨ ਜਾ ਰਿਹਾ ਹੈ ਤੇ ਇਸ ਕਰਕੇ ਬੜੀ ਵੱਡੀ ਖੁਸ਼ੀ ਹੈ। ਹੁਣੀ ਪ੍ਰਧਾਨ ਮੰਤਰੀ ਜੀ ਦੇ ਆਵਾਸ ਤੋਂ ਮੈਂ ਹਜੇ ਪਹੁੰਚਿਆ ਤੁਹਾਡੇ ਮੂਹਰੇ ਬੜਿਆ ਤੇ ਉਹਨਾਂ ਨੇ ਸਾਰੀ ਜਿਹੜੀ ਕੈਬਨਿਟ ਆਪਣੀ ਆਉਣ ਵਾਲੇ ਜਿਹੜੀ ਦਿਨਾਂ 'ਚ ਸਹੁੰ ਚੁੱਕੂਗੀ ਜਿਹੜੀ ਅੱਜ ਸ਼ਾਮ ਨੂੰ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ ਤੇ ਬਹੁਤ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ। ਸਭ ਤੋਂ ਇਹੀ ਉਹਨਾਂ ਨੇ ਕਿਹਾ ਵੀ ਸਰਕਾਰ 10 ਸਾਲ ਦੀ ਪਹਿਲਾਂ ਚੱਲ ਰਹੀ ਹੈ, NDA ਸਰਕਾਰ ਚੱਲ ਰਹੀ ਹੈ, ਉਹਨੂੰ ਉਹੀ ਕੰਮਾਂ ਨੂੰ ਅੱਗੇ ਵਧਾਉਣਾ। ਤੇ ਜਿਹੜੀ ਪੰਜਾਬ ਦੀ ਗੱਲ ਆ, ਪੰਜਾਬ 'ਚ BJP ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਇਸ ਵਾਰ ਤੇ ਅੱਗੇ ਪੰਜਾਬ ਨੂੰ ਕਿਵੇਂ ਸਾਂਭਣਾ, ਕਿਉਂਕਿ ਪੰਜਾਬ 'ਚ ਬੜੇ ਵੱਡੇ ਇਸ਼ੂ ਨੇ, ਉਹਨਾਂ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ, ਕਿਵੇਂ ਸਾਰੇ ਪੰਜਾਬ ਦੇ ਚਾਹੇ ਉਹ ਕਿਸਾਨ ਨੇ, ਚਾਹੇ ਮਜ਼ਦੂਰ ਆ, ਚਾਹੇ ਉਹ ਵਰਕਰ ਨੇ, ਚਾਹੇ ਉਹ ਇੰਡਸਟਰੀਅਲਿਸਟ ਨੇ, ਉਹ ਸਾਰਿਆਂ ਨੂੰ ਬੁੱਕਲ 'ਚ ਲੈ ਕੇ। ਕਿਉਂਕਿ ਦਿੱਲੀ ਦੇ ਕੋਲ ਮੈਂ ਵਾਰ ਵਾਰ ਕਿਹਾ ਸੀ ਵੀ ਦਿੱਲੀ ਕੋਲ ਹੀ ਸਭ ਕੁਛ ਆ, ਜੋ ਤਾਕਤ ਜੋ ਪੈਸਾ ਉਹ ਸਭ ਕੁਛ ਉਰੇ ਆ ਤੇ ਉਰੇ ਲਿਆ ਕੇ ਹੁਣ ਪੰਜਾਬ ਵੱਲ ਨੂੰ ਮੂੰਹ ਖੁੱਲਣੇ ਆ। ਤੇ ਇਹ ਜ਼ਿੰਮੇਵਾਰੀ ਮੈਂ ਪਹਿਲੇ ਦਿਨ ਤੋਂ ਜਿੱਦਣ BJP ਜੁਆਇਨ ਕੀਤੀ ਸੀ, ਇਹੀ ਅੱਜ ਵੀ ਮੇਰੀ ਉਹੀ ਜ਼ਿੰਮੇਵਾਰੀ ਆ ਵੀ ਹਰ ਚੀਜ਼ ਪੰਜਾਬ ਦੇ, ਚਾਹੇ ਉਹ ਕਿਸਾਨਾਂ ਦੀ ਹੋਵੇ, ਚਾਹੇ ਮਜ਼ਦੂਰਾਂ ਦੀ ਹੋਵੇ, ਚਾਹੇ ਉਹ ਗਰੀਬ ਆਦਮੀ ਦੀ ਹੋਵੇ, ਚਾਹੇ ਪਿੰਡਾਂ ਦੀ ਹੋਵੇ, ਚਾਹੇ ਇੰਡਸਟਰੀਅਲਿਸਟਾਂ ਦੀ ਹੋਵੇ, ਚਾਹੇ ਸ਼ਹਿਰਾਂ ਦੀ ਹੋਵੇ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਅੱਜ ਪੰਜਾਬ ਨੂੰ ਅੱਗੇ ਲੈ ਕੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਅੱਜ ਸਵੇਰੇ 9 ਵਜੇ ਉਹਨਾਂ ਨੇ ਸੱਦਿਆ ਸੀ, ਮੱਡਾ ਸਾਹਿਬ ਦੋਨਾਂ ਨੇ, ਤੇ ਪੰਜਾਬ ਦੇ ਲਈ ਉਹਨਾਂ ਨੇ ਰੋਡ ਮੈਪ ਤਿਆਰ ਕੀਤਾ ਹੈ, ਉਹਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ, ਮੇਰਾ 1 ਪੁਆਇੰਟ ਏਜੰਡਾ ਇਹੀ। ਸਭ ਕੁਛ ਕਰਾਂਗੇ, ਪਰ ਅੱਜ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਪੰਜਾਬ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਉਹਨਾਂ ਕਰਕੇ ਮੈਨੂੰ BJP ਨੇ ਜੋ ਪੰਜਾਬ ਦੇ ਵਿੱਚ BJP ਦਾ ਇੱਕ ਰਿਜ਼ਲਟ ਆਇਆ, ਕਿਉਂਕਿ ਬਹੁਤ 19% ਜਿਹੜੀ ਆ ਵੋਟ ਲੈਣਾ, 23 ਵਿਧਾਨ ਸਭਾ ਅਸੀਂ ਜਿੱਤੀਆਂ ਹੈ ਤੇ ਬਹੁਤ ਕੁਛ ਕਰਨ ਨੂੰ ਆ BJP 'ਚ। ਅਸੀਂ 2027 ਦਾ ਟਾਰਗੇਟ ਲੈ ਕੇ, ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਆ ਤੇ ਮੈਂ ਜਾਖੜ ਸਾਹਿਬ ਦਾ, ਖਾਸ ਤੌਰ ਤੇ ਜਿਹੜੇ ਸਾਡੇ ਪ੍ਰਧਾਨ ਨੇ, ਸਾਡੇ ਸ਼੍ਰੀ ਵਾਸੂ ਜਿਹੜੇ ਮਹਾਂਮੰਤਰੀ ਨੇ, ਰੂਪਾਨੀ ਜੀ, ਇਹ ਸਾਰੀ ਸਾਡੇ ਰੈਣਾ ਜੀ, ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀ ਹਾਂ। ਤੇ ਸਾਡਾ BJP ਦੀ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਦੀ ਲੁਧਿਆਣੇ ਦੀ ਟੀਮ ਆ, ਇਹ ਸਾਰਾ ਸਿਹਰਾ ਹੈ ਜਿਹੜਾ ਇਹ ਉਹਨਾਂ ਨੂੰ ਜਾਂਦਾ, ਉਹਨਾਂ ਦੇ ਉਹਨਾਂ ਨੇ ਜੋ ਫੀਡਬੈਕ ਉਹਨੇ ਪਹੁੰਚਾਇਆ, ਜਿਸ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ, ਉਸ ਤੋਂ ਖੁਸ਼ ਹੋ ਕੇ ਜਿਹੜਾ ਇਹ BJP ਨੇ ਅੱਜ ਇੱਕ ਬਹੁਤ ਵੱਡਾ ਪੰਜਾਬ ਨੂੰ ਮਾਣ ਬਖਸ਼ਿਆ ਹੈ। ਇੱਕੋ ਇੱਕ ਮਿਨਿਸਟਰ ਆ ਜਿਹੜਾ ਮੈਂ ਪੰਜਾਬ ਚੋਂ ਜਿਹੜਾ ਉਹ ਬਣਨ ਜਾ ਰਿਹਾ ਹੈ ਤੇ ਇਸ ਕਰਕੇ ਬੜੀ ਵੱਡੀ ਖੁਸ਼ੀ ਆ ਬਹੁਤ।